ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਅਜਾਣ। ਇਹ ਮੂਰਖ ਅਣਜਾਣ ਅਗਿਆਨੀ ਬਣਾ ਕਿਉਂ ਫਿੱਕੇ ਬੋਲ ਬੋਲਦਾ ਹੈ, ਕਿਉਂ ਇੰਨਾ ਫਿੱਕਾਪਨ ਖਿਲਾਰ ਦਿੱਤਾ ਸਾਰੇ ਸਮਾਜ ਦੇ ਵਿੱਚ, ਸਾਰੇ ਸਮਾਜ ਦੇ ਵਿੱਚ ਇੰਨਾ ਫਿੱਕਾਪਨ। ਸਿੱਖ ਸਿੱਖ ਤੋਂ ਮੂੰਹ ਫਿਰ ਗਿਆ, ਫਤਿਹ ਦੀਆਂ ਸਾਂਝਾਂ ਮੁੱਕ ਗਈਆਂ, ਮੱਥੇ ਦੇ ਖੇੜੇ ਮੁੱਕ ਗਏ, ਬਾਹਾਂ ਦੇ ਕਲਾਵੇ ਢਿੱਲੇ ਪੈ ਗਏ, ਮੱਥੇ ਤੇ ਤਿਉੜੀਆਂ ਪੈ ਗਈਆਂ। ਪਾਈਆਂ ਕਿੰਨੇ ਅੱਜ ਜਿਹੜੇ ਸਟੇਜ ਤੇ ਬੈਠ ਕੇ ਮੇਰੇ ਵਰਗੇ ਪ੍ਰਚਾਰਕ ਜੋੜਨ ਦਾ ਕੰਮ ਕਰਨ ਆਉਂਦੇ ਨੇ, ਉਹਨਾਂ ਨੇ ਪਾ ਦਿੱਤੀਆਂ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਏ ਸੀ ਇਕੱਠਾ ਕਰਨ, ਖਿਲਾਰ ਕੇ ਚਲੇ ਗਏ ਸਾਰਾ ਕੁਛ। ਆਏ ਸੀ ਮਿਲਾਉਣ, ਵਿਛੋੜ ਕੇ ਚਲੇ ਗਏ। ਸਿੱਖ ਸਿੱਖ ਤੋਂ ਦੂਰ ਹੋ ਗਿਆ। ਵਿਚਾਰਕ ਮਤ ਭੇਦ ਇੰਨੇ ਵੱਧ ਗਏ, ਹਰ ਬੰਦਾ ਇੱਕ ਦੂਜੇ ਨਾਲ ਬਹਿਸ ਹੀ ਕਰ ਰਿਹਾ ਹੈ, ਜਿਵੇਂ ਸਾਡੀ ਕੌਮ ਨੂੰ ਹੋਰ ਕੰਮ ਹੀ ਨਹੀਂ ਕੋਈ ਹੈਗਾ। ਹਰ ਬੰਦਾ ਬੋਲੀ ਜਾ ਰਿਹਾ ਤੇ ਫਿਰ ਕਹਿੰਦਾ ਕਿ ਹਰ ਬੰਦੇ ਨੂੰ ਫਰੀਡਮ ਆਫ ਸਪੀਚ, ਆਜ਼ਾਦੀ ਹੈ ਬੋਲਣ ਦੀ। ਇਹ ਮਿਲੀ ਕਿੱਥੋਂ ਗੁਰਮੁਖਾ? ਕਿੰਨੇ ਕਹਿਤਾ ਆਜ਼ਾਦੀ ਹੈ ਬੋਲਣ ਦੀ? ਕਿੱਥੋਂ ਆ ਗਏ ਇਹ ਬੋਲ ਹੈ ਕਿ ਆਜ਼ਾਦੀ ਹੈ ਹਰ ਬੰਦੇ ਨੂੰ ਬੋਲਣ ਦੀ? ਗੁਰੂ ਨੇ ਤੇ ਦਿੱਤੀ ਨਹੀਂ। ਕਿਹਨੇ ਦਿੱਤੀ ਆਜ਼ਾਦੀ? ਹਾਂ, ਗੁਰੂ ਨੇ ਇੱਕ ਆਜ਼ਾਦੀ ਦਿੱਤੀ ਸੀ ਬਸ, ਉਸ ਤੋਂ ਅੱਗੇ ਫੁੱਲ ਸਟੋਪ ਲਾ ਦਿੱਤਾ ਸੀ ਵੀ ਇਸ ਦਾਇਰੇ ਚੋਂ ਤੂੰ ਬਾਹਰ ਨਹੀਂ ਜਾਣਾ, ਬਸ ਤੈਨੂੰ ਮੈਂ ਇੱਕ ਆਜ਼ਾਦੀ ਦੇਣਾ ਇਸ ਵਿਸ਼ੇ ਤੇ, ਇਸ ਟੌਪਿਕ ਤੇ ਬੋਲ, ਜਿੰਨਾ ਮਰਜ਼ੀ ਬੋਲ, 24 ਘੰਟੇ ਬੋਲ, ਸਾਰੀ ਉਮਰ ਬੋਲ, ਇਸ ਦਾਇਰੇ ਤੋਂ ਬਾਹਰ ਨਹੀਂ ਜਾਣਾ। ਕਿਹੜੀ ਆਜ਼ਾਦੀ? ਸਤ ਸੰਗਤ ਕੈਸੀ ਜਾਣੀ ਆ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਹੁਣ ਸਿਮਰਨ ਕਰਨ ਵਾਲਿਆਂ ਦੀ ਆਜ਼ਾਦੀ ਤੇ ਪਾਬੰਦੀਆਂ ਨੇ, ਤੇ ਨਿੰਦਾ ਕਰਨ ਵਾਲਿਆਂ ਨੂੰ ਵੱਡੇ ਫਿਲੋਸਫਰ, ਵੱਡੇ ਵਿਦਵਾਨ, ਵੱਡੇ ਕੌਮ ਦੇ ਨਤੜਕ, ਬੁਲੰਦ ਖੁੱਲੇ ਖੁੱਲੇ ਪ੍ਰਚਾਰਕ ਐਲਾਨ ਕੇ ਪਤਾ ਨਹੀਂ ਕੀ ਕੀ ਨਾਮ ਦੇ ਕੇ ਆਪਾਂ ਆਪਣੇ ਹੀ ਸਿੱਖ ਸਮਾਜ ਦੇ ਜੀਵਨ ਵਿੱਚ ਕੁੜੱਤਨ ਭਰਨ ਦਾ ਕੰਮ ਕਰ ਰਹੇ ਹਾਂ। ਗੁਰਮੁਖੋ ਬਾਜ ਆ ਜਾਈਏ, ਰੁਕ ਜਾਈਏ, ਗੁਰੂ ਨੂੰ ਪੁੱਛ ਲਈਏ, ਆਪਣੇ ਹਿਰਦੇ ਨੂੰ ਪੁੱਛ ਲਈਏ ਕਿ ਇਹ ਗੱਲਾਂ ਸੁਣ ਕੇ ਲਿਵ ਲੱਗ ਗਈ, ਬਾਣੀ ਨਾਲ ਪਿਆਰ ਜਾਗ ਗਿਆ। ਜੇ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਤੇ ਮੱਸਾ ਰੰਗੜ ਵੀ ਤੇ ਬੋਲ ਹੀ ਰਿਹਾ ਸੀ ਹਰਿਮੰਦਰ ਸਾਹਿਬ ਦੇ ਅੰਦਰ, ਫਿਰ ਤੇ ਉਹਨੂੰ ਵੀ ਆਜ਼ਾਦੀ ਹੋਣੀ ਚਾਹੀਦੀ ਸੀ। ਸਿੰਘਾਂ ਨੇ ਟੰਗਿਆ ਸੀ ਨਾ ਸਿਰ ਵੱਢ ਕੇ ਵਰਸ਼ੇ ਦੇ ਉੱਤੇ, ਇੱਥੇ ਨਹੀਂ ਆਜ਼ਾਦੀ, ਇਹ ਹਰਿਮੰਦਰ ਸਾਹਿਬ ਇਕੱਲਾ ਕੀਰਤਨ ਵਾਸਤੇ ਆ, ਗੁਰੂ ਦਾ ਦਰਬਾਰ ਬਾਣੀ ਪੜਨ ਵਾਸਤੇ ਹੈ, ਇਤਿਹਾਸ ਦੀ ਵਿਚਾਰ ਕਰਨ ਵਾਸਤੇ ਹੈ, ਤੇਰੀਆਂ ਸਫਾਈਆਂ ਵਾਸਤੇ ਨਹੀਂ ਕਿ ਤੂੰ ਆਪਣੀਆਂ ਸਫਾਈਆਂ ਪੇਸ਼ ਕਰੀ ਜਾ ਸਾਰੀ ਉਮਰ। ਇਹ ਸਫਾਈਆਂ ਦੇਣ ਵਾਸਤੇ ਸਮਾਗਮ ਹੁੰਦੇ ਆ ਗੁਰੂ। ਗੁਰੂ ਮਹਾਰਾਜ ਤੇ ਕਹਿੰਦੇ ਨੇ ਕਿ ਮੈਂ ਆਪਣੀ ਸਫਾਈ ਇੱਕੋ ਵਾਰੀ ਦੇ ਦਿੱਤੀ ਬਸ। ਭਗਤ ਕਬੀਰ ਜੀ ਕਹਿੰਦੇ ਮੇਰੀ ਸਫਾਈ ਪੁੱਛਣਾ ਚਾਹੁੰਦੇ ਹੋ? ਲਓ ਲੈ ਲਓ ਇੱਕੋ ਵਾਰੀ, ਰੋਜ਼ ਰੋਜ਼ ਨਾ ਪੁੱਛਿਓ ਮੈਨੂੰ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਗੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੁਣ। ਦੇਖੋ ਗੁਰੂ ਸਾਹਿਬ ਨੇ ਸਫਾਈ ਦੇ ਦਿੱਤੀ, ਭਗਤਾਂ ਨੇ ਦੇ ਦਿੱਤੀ, ਭਾਈ ਗੁਰਦਾਸ ਨੇ ਦੇ ਦਿੱਤੀ, ਗੱਲ ਆਪਣੇ ਔਗਣਾਂ ਦੀ ਕੀਤੀ। ਇੱਥੇ ਹਰ ਬੰਦਾ ਇਸੇ ਗੱਲ ਦਾ ਹੀ ਦਾਅਵਾ ਕਰੀ ਜਾਂਦਾ ਕਿ ਮੈਂ ਸਿੱਖੀ ਦਾ ਠੇਕੇਦਾਰ ਹਾਂ, ਮੈਂ ਸਫਾਈ ਦਿੰਦਾ, ਮੈਂ ਆਹ ਕੀਤਾ, ਮੈਂ ਆਹ ਕੀਤਾ। ਇੱਧਰ ਨੂੰ ਕਹਾਣੀ ਚਲੀ ਗਈ ਗੁਰੂ।